ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਇਸ ਤਾਜ਼ਾ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੀਆਂ ਤੇ ਦੇਸ਼ ਵਿਦੇਸ਼ ਦੀਆਂ ਸ਼ਾਮ ਦੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਲੁਧਿਆਣਾ ਸਹਿਜਪ੍ਰੀਤ ਕਤਲ ਕਾਂਡ ਦੋਸ਼ੀ ਸਵਰਨਾ ਨੇ ਕਬੂਲਿਆ ਜੁਰਮ ਅਬਦੁੱਲਾਪੁਰ ਬਸਤੀ ਦੀ ਸਹਿਜਪ੍ਰੀਤ ਦੇ ਨਾਲ-ਨਾਲ ਕਈ ਰਿਸ਼ਤੇ ਵੀ ਮਾਰੀ ਜਾ ਚੁੱਕੇ ਐ ਇਸ ਵਿੱਚ ਤਾਇਆ ਭਤੀਜੇ ਭਾਣਜੇ ਤੇ ਪਰਜਾਈ ਦਾ ਰਿਸ਼ਤਾ ਵੀ ਮਾਰਿਆ ਗਿਆ ਇੱਕ ਪਾਸੇ ਜਿੱਥੇ ਸਿਵਲ ਹਸਪਤਾਲ ਵਿੱਚ ਬੱਚੇ ਦੀ ਇਲਾਜ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਬਸਤੀ ਦੀ ਤੰਗ ਗਲੀ ਵਿੱਚ ਲੋਕ ਇਨਾ ਰਿਸ਼ਤਿਆਂ ਦਾ ਪੋਸਟਮਾਰਟਮ ਕਰ ਰਹੇ ਸਨ ਇਹ ਗੱਲਾਂ ਹੋ ਰਹੀਆਂ ਸਨ ਕਿ ਹੁਣ ਮੰਨੀਏ ਤਾਂ ਕਿਸ ਦੀ ਕਿਉਂਕਿ ਤਾਇਆ ਜਿਸਨੇ ਘਰ ਦੇ ਜਿਸਨੇ ਭਰਾ ਦੇ ਘਰ ਦੀ ਜਿਹੜੀ ਧੀ ਦੇ ਜਨਮ ਤੋਂ 7 ਸਾਲ ਬਾਅਦ ਪੁੱਤਰ ਦੇ ਜਨਮ ਦਾ ਜਸ਼ਨ ਮਨਾਇਆ ਸੀ ਉਸ ਨੂੰ ਮਾਰ ਦਿੱਤਾ ਸੀ ਹਾਲਾਂਕਿ ਹੁਣ ਉਹ ਕਹਿੰਦਾ ਕਿ ਉਸਨੇ ਪਾਪ ਕਮਾਇਆ ਤੇ ਇਸ ਲਈ ਬਹੁਤ ਪਛਤਾਵਾ ਹੈ ਅਸਲ 'ਚ ਘਰ 'ਚ ਦਿਨ ਦਿਹਾੜੇ ਕਲੇਜ ਦੀ ਸਹਿਪਰੀਦ ਦੀ ਮੌਤ ਦਾ ਕਾਰਨ ਬਣਿਆ ਸਵਾਨ ਸਿੰਘ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਉਸ ਦੀ ਭਰਜਾਈ ਸਿਮਰਜੀਤ कौर ਤੇ ਉਸ ਦੀ ਪਤਨੀ ਦਾ ਆਪਸ ਤੇ ਵਿੱਚ ਝਗੜਾ ਰਹਿੰਦਾ ਸੀ ਤੇ ਦੋਵੇਂ ਉਸ ਨੂੰ ਭਲਾ ਬੁਰਾ ਵੀ ਬੋਲਦੇ ਸਨ ਜਦੋਂ ਆਪਣੀ ਮਾਂ ਦੀ ਸੇਵਾ ਕਰਦਾ ਸੀ ਤਾਂ ਭਾਬੀ ਹਮੇਸ਼ਾ ਉਸ ਨੂੰ ਆਪਣੀ ਮਾਂ ਦਾ ਸੇਵਕ ਕਹਿ ਕੇ ਬੁਲਾਉਂਦੀ ਸੀ ਉਸ ਦੀ ਪਤਨੀ ਤੇ ਛੋਟੇ ਭਰਾ ਦੀ ਪਤਨੀ ਦੋਵੇਂ ਅਸਲੀ ਭੈਣਾਂ ਸਨ ਉਹ ਦੋਵੇਂ ਉਸ ਨੂੰ ਉਸਦੀ ਮਾਤ ਦੂਰ ਕਰਨਾ ਚਾਹੁੰਦੇ ਸਨ ਉਹ ਤਾਨੇ ਮਿਹਣਿਆਂ ਤੋਂ ਤੰਗ ਆ ਗਿਆ ਸੀ ਤੇ ਇਸੇ ਕਾਰਨ ਉਸਨੇ ਸਿਮਰਜੀਤ ਕੌਰ ਨੂੰ ਆਪਣੇ ਪੁੱਤਰ ਤੋਂ ਵੱਖ ਕਰ ਦਿੱਤਾ ਸਵਰਨ ਸਿੰਘ ਤੇ ਉਸਦੇ ਭਰਾ ਜਗਜੀਤ ਸਿੰਘ ਦਾ ਆਪਣੇ ਪਿਤਾ ਸੋਅ ਗਾਜ ਦਾ ਪੁਰਾਣਾ ਮਕਾਨ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਝਗੜਾ ਰਹਿੰਦਾ ਸੀ 6 ਮਹੀਨੇ ਪਹਿਲਾਂ ਮਕਾਨ ਦੀ ਵੰਡ ਤੋਂ ਬਾਅਦ 60 ਗਾਜ ਜ਼ਮੀਨ ਸਵਰਨ ਸਿੰਘ ਨੂੰ ਦਿੱਤੀ ਗਈ ਸੀ ਤੇ 40 ਗਾਜ ਜਗਜੀਤ ਸਿੰਘ ਨੂੰ ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਾਫੀ ਪਰੇਸ਼ਾਨੀ ਰਹਿੰਦੀ ਸੀ ਇਸ ਕਾਰਨ ਸਵਰਨ ਸਿੰਘ ਨੂੰ ਚਿੰਤਾ ਹੋਣ ਲੱਗੀ ਪਹਿਲਾਂ ਉਹ ਆਟੋ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਲਾਕਡਾਊਨ ਵਿੱਚ ਉਸ ਨੂੰ ਆਟੋ ਵੇਚਣਾ ਪਏ ਤੇ ਫਿਰ ਕਮਾਈ ਬੰਦ ਹੋ ਗਈ ਘਰ ਦੇ ਵਿੱਚ ਕਲੇਸ਼ ਦਾ ਕਾਰਨ ਇਹੇ ਗੱਲਾਂ ਬਣੀਆਂ ਅਗਲੀ ਖਬਰ ਲੁਧਿਆਣਾ ਦੇ ਵਿੱਚ ਔਰਤ ਨੂੰ ویرਾਨ ਥਾਂ ਤੇ ਲਿਜਾ ਕੇ ਨਾਲ ਕੀਤਾ ਗੈਂਗ ਰੈਪ ਨਾਕਾਬੰਦੀ ਦੌਰਾਨ ਸਾਰੇ ਮੁਲਜ਼ਮ ਗ੍ਰਿਫਤਾਰ ਮਕਦਮਾ ਦਰਜ ਲੁਧਿਆਣਾ ਦੇ ਪਿੰਡ ਗਿੱਲ ਲਾਕੇ ਚ 23 ਵਰਿਆਂ ਦੀ ਔਰਤ ਨਾਲ ਗੈਂਗ ਰੈਪ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਇਸ ਮਾਮਲੇ ਵਿੱਚ थाना सदर ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨ ਉੱਪਰ ਨਿਊ ਜਨਤਾਨਗਰ ਦੇ ਵਾਸੀ ਨੀਰਜ ਕੁਮਾਰ ਗਰਪਾਲ ਨਗਰ ਦੇ ਰਹਿਣ ਵਾਲੇ ਅਸ਼ੀਸ਼ ਸਿੰਘ ਅਤੇ ਚਿਮਨੀ ਰੋਡ ਦੇ ਵਾਸੀ ਧੀਰਜ ਮਾਲਿਕ ਦੇ ਖਿਲਾਫ ਸਮੂਹਿਕ ਜ਼ਬਰਜਨਾ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਥਾਣਾ ਸਦਰਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਦੇਰ ਸ਼ਾਮ ਉਹ ਖਾਣਾ ਖਾਣ ਤੋਂ ਬਾਅਦ ਨਹਿਰ ਦੇ ਨਾਲ ਬਣੀ ਪੱਟੜੀ ਉੱਤੇ ਸੈਰ ਕਰ ਰਹੀ ਸੀ ਔਰਤ ਜਿਸ ਤਰ੍ਹਾਂ ਹੀ ਟੀ ਪੁਆਇੰਟ ਸਟਾਰ ਰੋਡ ਤੇ ਪਹੁੰਚੀ ਤਾਂ ਉਸ ਦੇ ਪੁਰਾਣੇ ਵਾਕਫ ਨੀਰ ਜਤੇ ਆਸ਼ੀਸ਼ ਜ਼ਰੂਰੀ ਕੰਮ ਦਾ ਹਵਾਲਾ ਦੇ ਕੇ ਔਰਤ ਨੂੰ ਸਕੂਟਰ ਤੇ ਬਿਠਾ ਕੇ ਪਿੰਡ ਗੇਲ ਦੀ ਇੱਕ ویرਾਨ ਥਾਂ ਤੇ ਲੈ ਗਏ ਮੁਲਜ਼ਮਾਂ ਨੇ ਉੱਥੇ ਧੀਰਜ ਬਲਿਕ ਨੂੰ ਵੀ ਬੁਲਾਇਆ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਤਿੰਨਾਂ ਨੇ ਸਾਰੀ ਰਾਤ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਸਵੇਰੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਮੇਵਾਰਾਮ ਦਾ ਕਹਿਣਾ ਹੈ ਕਿ ਪੁਲਿਸ ਨੇ ਔਰਤ ਦੇ ਬਿਆਨ ਉੱਪਰ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਗਲੀ ਖਬਰ ਪੰਜਾਬ ਸਰਕਾਰ ਦੀ ਰਡਾਰ ਉੱਤੇ ਹੁਣ ਜੀ ਐਨ ਡੀ ਯੂ ਦਾ ਬੀਸੀ ਪੰਜਾਬ ਦੀ ਭਗਵਾਨਤਮਾਨ ਸਰਕਾਰ ਨੇ ਹੁਣ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਖਿਲਾਫ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ ਜੀਐਨਡੀਯੂ ਟੀਚਰਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਸੀ ਕਿ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਆਈਜੀ ਮਨਮੋਹਨ ਸਿੰਘ ਨੂੰ ਕਾਰਵਾਈ ਕਰਨ ਦੀ ਹੁਕਮ ਜਿਹੜੇ ਸੌਂਪੇ ਸਨ ਮਿਲੀ ਜਾਣਕਾਰੀ ਦੇ ਅਨੁਸਾਰ ਭਗਵਾਨਤਮਾਨ ਸਰਕਾਰ ਨੇ ਹੁਣ ਗੁਰਨਾਨਕ ਦੇਵ ਯੂਨੀਵਰਸਿਟੀ ਦੀ ਟੀਚਿੰਗ ਐਸੋਸੀਏਸ਼ਨ ਨੇ ਕੋਈ ਸਮਾਂ ਪਹਿਲਾਂ ਭਰੀ ਗਏ ਪੋਸਟਾਂ ਤੇ ਸਵਾਲ ਚੁੱਕੇ ਸੀ ਐਨ ਐਨ ਵੀਸ ਚਾਂਸਲਰ ਨੇ ਨੀਮਾ ਨੂੰ ਅਣਗੌਲਿਆ ਕਰਦਿਆਂ ਹੋਇਆ ਯੂਨੀਵਰਸਿਟੀ ਦੀ ਸੀਨੀਅਰ ਪੋਸਟਾਂ ਉੱਤੇ ਚਾਹੇਤਿਆਂ ਨੂੰ ਬਿਠਾਇਆ ਸੀਨੀਅਰ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੀਨੀਅਰ ਪੋਸਟਾਂ ਤੇ ਅਜਿਹੇ ਅਧਿਕਾਰੀ ਬਿਠਾਏ ਜੋ ਪੀ ਐਚ ਡੀ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਪਲਾ ਸਾਹਮਣੇ ਆਉਂਦਾ ਬੁਖਾਈ ਦੇ ਰਿਹਾ ਹੈ ਅਗਲੀ ਖਬਰ ਸਰਕਾਰੀ ਬੱਸਾਂ ਤੇ ਬੰਦ ਪਏ ਪਰਮਿਟ ਜਲਦੀ ਹੀ ਹੋਣਗੇ ਬਹਾਲ ਟਰਾਂਸਪੋਰਟ ਮੰਤਰੀ ਦਾ ਬਿਆਨ ਸੂਬੇ ਦੇ ਪਿੰਡੂ ਖੇਤਰਾ ਤੇ ਮੁੱਖ ਮਾਰਗਾਂ ਲਈ ਸਰਕਾਰੀ ਬੱਸਾਂ ਦੇ ਬੰਦ ਪਏ ਪਰਮਟ ਜਲਦ ਹੀ ਬਹਾਲ ਕਰਕੇ ਲੋਕਾਂ ਨੂੰ ਸਰਕਾਰੀ ਬੱਸਾਂ ਦੀ ਸਹੂਲਤ ਦਿੱਤੀ ਜਾਵੇਗੀ। ਉਹਨਾਂ ਕਹਿ ਕੇ ਪਿਛਲੀਆਂ ਸਰਕਾਰਾਂ ਵੱਲੋਂ ਸਰਕਾਰੀ ਬੱਸਾਂ ਦੀ ਥਾਂ ਸੂਬੇ ਅੰਦਰ ਨਿੱਜੀ ਬੱਸਾਂ ਚਲਾਉਣ ਨੂੰ ਹੀ ਅਹਿਮਤ ਦਿੱਤੀ ਗਈ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦਾ ਕੋਈ ਵੀ ਰੂਟ ਸਰਕਾਰੀ ਬੱਸ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਕਿਉਂਕਿ ਪਿਛਲੀ ਸਰਕਾਰ ਸਮੇਂ ਦੌਰਾਨ ਸਰਕਾਰੀ ਬੱਸਾਂ ਦੀ ਘਾਟ ਕਾਰਨ ਆਮ ਲੋਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਸਰਕਾਰੀ ਬੱਸਾਂ ਤੋਂ ਵਾਜੇ ਰਹਿਣਾ ਪੈਂਦਾ ਸੀ ਹੁਣ ਹਰ ਰੂਟ ਦੇ ਪੰਜਾਬ ਦੇ ਉੱਤੇ ਸਰਕਾਰੀ ਬੱਸਾਂ ਦਾ ਆਗਮਨ ਹੋਵੇਗਾ ਅਗਲੀ ਖਬਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਕਮਾਂਤਰੀ ਬਾਜ਼ਾਰ ਦੇ ਵਿੱਚ ਕਮਜ਼ੋਰੀ ਦਾ ਰੁਖ ਵਿਚਾਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੋਨੇ ਦੀ ਕੀਮਤ 315 ਰੁਪਏ ਡੇਕ ਕੇ 51679 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ 635 ਰੁਪਏ ਡੱਗ ਕੇ 55416 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਨਾਲ ਆ ਗਈ ਹੈ। ਸੋਨੇ ਤੇ ਚਾਂਦੀ ਦੀਆਂ ਦੋਨਾਂ ਹੀ ਕੀਮਤਾਂ ਦੇ ਵਿੱਚ ਭਾਰੀ ਗਰਾਉਟ ਦੇਖਣ ਨੂੰ ਮਿਲੀ ਹੈ। ਅਗਲੀ ਖਬਰ ਹੁਣ ਮਾਰਕਫੈਟ ਦੀ ਹੋਵੇਗੀ ਘਰ-ਘਰ ਆਟਾ ਪਹੁੰਚਾਉਣ ਦੀ ਜ਼ਿੰਮੇਵਾਰੀ ਜੀਪੀਐਸ ਅਤੇ ਕੈਮਰਿਆਂ ਵਾਲੇ ਵਾਹਨਾਂ ਕਰਨਗੇ ਡਿਲੀਵਰੀ। ਪੰਜਾਬ ਵਿੱਚ 1 ਅਕਤੂਬਰ ਤੋਂ ਸਮਾਰਟ ਕਾਰਡ ਧਾਰਕਾਂ ਦੇ ਘਰ ਆਟਾ ਪਹੁੰਚਾਉਣ ਦੀ ਸਕੀਮ ਸ਼ੁਰੂ ਹੋ ਗਈ ਹੈ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਹਰ ਮਹੀਨੇ 75000 ਮੀਟਰ ਕਟਾਨ ਆਟਾ ਘਰ-ਘਰ ਪਹੁੰਚਾਇਆ ਜਾਵੇਗਾ ਜੀਪੀਐਸ ਅਤੇ ਕੈਮਰਾ ਵਾਲੇ ਵਾਹਨ ਸਮਾਰਟ ਕਾਰਡ ਧਾਰਕਾਂ ਦੇ ਘਰਾਂ ਤੱਕ ਆਟਾ ਪਹੁੰਚਾਉਣਗੇ ਇਸ ਵਿੱਚ ਤੋਲਣ ਵਾਲੀ ਮਸ਼ੀਨ ਵੀ ਹੋਵੇਗੀ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲਜੰਦ ਘਟਾਰੂ ਚੱਕ ਨੇ ਦੱਸਿਆ ਕਿ ਸਰਕਾਰ ਨੇ ਕਣਕ ਦੇਣ ਲਈ ਪਾਨਗਰੇਨ ਦੀ ਡਿਊਟੀ ਲਗਾਈ ਹੈ ਕਣਕ ਨੂੰ ਪੀਸ ਕੇ ਆਟਾ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਮਾਰਕਫੈਟ ਦੀ ਹੋਵੇਗੀ ਹਰ ਮਹੀਨੇ 1.58 ਕਰੋੜ ਲਾਹ ਪਾਤਰੀਆਂ ਨੂੰ ਹੋਮ ਡਿਲੀਵਰੀ ਦਿੱਤੀ ਜਾਵੇਗੀ ਇਸ ਸਹੂਲਤ ਤੋਂ ਬਾਅਦ ਡਿਪੂ 홀ਡਰਾਂ ਦਾ ਕੀ ਬਣੇਗਾ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਹੈ ਪੰਜਾਬ ਵਿੱਚ 16000 ਤੋਂ ਵੱਧ ਡਿਪੂ 홀ਡਰ ਹਨ ਇਸ ਤੋਂ ਪਹਿਲਾਂ ਆਟਾ ਦਾਲ ਸਕੀਮ ਦੀ ਤਹਿਤ ਸਮਾਰਟ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਤੀ ਮਹੀਨਾ 5 ਕਿਲੋ ਕਣਕ ਦਿੱਤੀ ਜਾਂਦੀ ਸੀ ਅਗਲੀ ਖਬਰ ਕੇਂਦਰ ਵੱਲੋਂ ਅੰਮ੍ਰਿਤਸਰ ਲੁਧਿਆਣਾ ਸਣੇ ਵੱਡੇ ਸ਼ਹਿਰਾਂ 'ਚ ਰਿੰਗ ਰੂਟ ਬਣਾਉਣ ਦੀ ਤਿਆਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਕੁਝ ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਅਤੇ ਜਾਮ ਤੋਂ ਰਾਹਤ ਦਿਵਾਉਣ ਲਈ ਰਿੰਗ ਰੂਟ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਮੰਤਰਾਲੇ ਮੁਤਾਬਕ ਕੁਝ ਸ਼ਹਿਰਾਂ ਵਿੱਚ ਕੰਮ ਵੀ ਸ਼ੁਰੂ ਹੋ ਗਿਆ ਹੈ ਇਸ ਦੇ ਨਾਲ ਹੀ ਰਿੰਗ ਰੂਟ ਦੇ ਨਿਰਮਾਣ ਅਤੇ ਭੀੜ ਭੜਾਕੇ ਵਾਲੀਆਂ ਥਾਵਾਂ ਦੀ شناخت ਕੀਤੀ ਗਈ ਹੈ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਅਨੁਸਾਰ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਅਜਿਹੇ ਹਨ ਜਿੱਥੇ ਆਵਾਜਾਈ ਦਾ ਦਬਾਅ ਲਗਾਤਾਰ ਵਾਦਰ ਹੈ ਇਸ ਕਾਰਨ ਪ੍ਰਦੂਸ਼ਣ ਦਾ ਵੀ ਉੱਥੇ ਹਾਲ ਮੁੰਦਾ ਹੈ ਅੰਮ੍ਰਿਤਸਰ ਲੁਧਿਆਣਾ ਜੰਮੂ ਪਟਨਾ ਗੁਰੂਗ੍ਰਾਮ ਸ਼੍ਰੀਨਗਰ ਬੰਗਲੌਰੂ ਨਾਗਪੁਰ ਜੋਧਪੁਰ ਮਧੁਰਾਈ ਚੇਨਈ ਬਾਰਾਨਸੀ ਅਤੇ ਲਖਨਊ ਵਿਖੇ ਰਿੰਗ ਰੋਡ ਉਸਾਰੀ ਅਧੀਨ ਹਨ ਕੇਂਦਰ ਸਰਕਾਰ ਨੇ ਅਕਤੂਬਰ 2017 ਵਿੱਚ ਭਾਰਤ ਮਾਲਾ ਪ੍ਰੋਜੈਕਟ ਨੂੰ 535000 ਕਰੋੜ ਰੁਪਏ ਦੇ ਅੰਦਾਜ਼ਨ ਖਰਚੇ ਉੱਤੇ ਲਗਭਗ 34800 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਹਾਈਵੇ ਸੈਕਸ਼ਨਾਂ ਦੇ ਵਿਕਾਸ ਲਈ ਮਨਜ਼ੂਰੀ ਦਿੱਤੀ ਸੀ ਅਗਲੀ ਖਬਰ ਜੇਲ੍ਹ ਚ ਚੱਲ ਰਹੀ ਬਦਮਾਸ਼ੀ ਹਵਾਲਾਤੀਆਂ ਨੇ ਫੋਨ ਕਰਕੇ ਆਪਣੀ ਸਾਥੀਆਂ ਦੇ ਪਰਿਵਾਰ ਤੋਂ ਮੰਗੀ ਫਰੋਤੀ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਚ ਕੈਦੀਆਂ ਤੇ ਮੋਬਾਈਲ ਫੋਨ ਮਿਲਣ ਦੀ ਖਬਰਾਂ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਕੈਦੀਆਂ ਨੇ ਆਪਣੀ ਪਰਿਵਾਰ ਦੇ ਸਾਥੀਆਂ ਦੇ ਪਰਿਵਾਰ ਨੂੰ ਫੋਨ ਕਰਕੇ ਫਰੋਤੀ ਮੰਗਣ ਦੀ ਸ਼ੁਰੂ ਕਰ ਦਿੱਤੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਕੈਦੀਆਂ ਨੇ ਆਪਣੇ ਹੀ ਸਾਥੀਆਂ ਨੂੰ ਜੇਲ੍ਹ ਵਿੱਚ ਨਿਸ਼ਾਨਾ ਬਣਾਇਆ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜੇਲ੍ਹ ਵਿੱਚ ਬੰਦ ਮੋਗਾ ਜ਼ਿਲ੍ਹੇ ਦੇ ਦੋ ਹਵਾਲਾਤੀ ਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਅਗਲੀ ਖਬਰ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਸੰਬੰਧੀ ਹਦਾਇਤਾਂ ਜਾਰੀ। ਵੀਆਈਪੀ ਐਂਟਰੀ ਗੇਟਾਂ ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਨਿਰਦੇਸ਼ ਮੁਤਾਬਕ ਪੰਡਾਲ ਵਿੱਚ ਇਹ ਚੀਜ਼ਾਂ ਲਿਜਾਣ ਦੀ ਮਨਾਹੀ ਹੋਵੇਗੀ। ਜਿਵੇਂ ਰੱਸੀ, ਸਪੋਰਟਸ ਦਾ ਸਮਾਨ, ਵਾਕੀ ਟੋਕੀ, ਲਾਈਟਰ, ਮਾਚਿਸ ਡੀਲਰ ਹਥੌੜਾ, ਮੀਖ, ਪਾਣੀ ਦੀ ਬੋਤਲ, ਤਰਲ ਪਦਾਰਥ, ਪਾਣੀ ਦੀ ਬੋਤਲ ਖੋਲਣ ਵਾਲੇ ਓਪਨਰ, ਕੈਂਚੀ, ਛੁਰੀ, ਲੋਹੇ ਦੀ ਕੋਈ ਵੀ ਨੁਕੀਲੀ ਚੀਜ਼, ਕਿਸੇ ਵੀ ਤਰ੍ਹਾਂ ਦਾ ਕੈਮੀਕਲ, ਕੋਈ ਵੀ ਜਵਲਣਸ਼ੀਲ ਪਦਾਰਥ, ਨੇਲ ਕਟਰ, ਕੱਪੜੇ ਧੋਣ ਵਾਲਾ, ਸਾਬਣ, ਕੋਈ ਵੀ ਰਿਮੋਟ, ਵਾਇਰਸ ਨਾਲ ਚੱਲਣ ਵਾਲਾ ਸਮਾਨ, ਕੋਈ ਵੀ ਤਿੱਖੀ ਚੀਜ਼, ਤਮਾਕਾ ਖੇਸਮਗਰੀ, ਫੁੱਟਬਾਲ, ਟੀ-ਸ਼ਰਟ ਜਿਸ ਵਿੱਚ ਕੋਈ ਵੀ ਇਤਰਾਜਯੋਗ ਸ਼ਬਦ ਜਾਂ ਚਿੱਤਰ ਬਣਿਆ ਹੋਵੇ। ਕੋਈ ਜੈਡ ਕੋਈ ਜੈਲ ਜਾਂ ਲੀਡੀ ਮੇਕਅਪ ਦਾ ਸਮਾਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਕਾਲਾ ਕੱਪੜਾ ਜਾਂ ਰੁਮਾਲ ਕਿਸੇ ਵੀ ਤਰ੍ਹਾਂ ਦਾ ਸਪਰੇਅ ਜਾਂ ਕਾਲੀ ਸਿਆਹੀ ਪੇਂਟ ਮੂੰਹ ਵੇਖਣ ਵਾਲਾ ਛੋਟਾ ਸ਼ੀਸ਼ਾ ਕਿਸੇ ਵੀ ਤਰ੍ਹਾਂ ਦਾ ਬੈਨਰ ਜਾਂ ਪੇਪਰ ਪ੍ਰਿੰਟ ਆਊਟ ਦੀ ਕਾਪੀ ਰਾਸ਼ਟਰੀ ਝੰਡੇ ਤੋਂ ਇਲਾਵਾ ਕੋਈ ਵੀ ਹੋਰ ਤਰ੍ਹਾਂ ਦਾ ਝੰਡਾ ਪੰਡਾਲ ਅੰਦਰ ਨਹੀਂ ਜਾਵੇਗਾ ਕੋਈ ਵੀ ਪੈਨ ਪੈਨਸਿਲ ਅੰਦਰ ਲਿਜਾਣ ਦੀ ਪਾਬੰਦੀ ਹੋਵੇਗੀ ਅਗਲੀ ਖਬਰ ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਭਾਰਤ ਕੁਸ਼ਨਾਸ਼ੂ ਗ੍ਰਿਫਤਾਰ ਕਟਿੰਗ ਦੀ ਦੁਕਾਨ ਵਿੱਚੋਂ ਕੀਤਾ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਕੁਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਸਾਬਕਾ ਕਾਂਗਰਸੀ ਮੰਤਰੀ ਨੂੰ ਲੁਧਿਆਣਾ ਵਿਖੇ ਇੱਕ ਸਲੂਨ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਇਸ ਗ੍ਰਿਫਤਾਰ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਸੋਮਵਾਰ ਜਦੋਂ ਪੰਜਾਬ ਵਿਜੀਲੈਂਸ ਦੀ ਟੀਮ ਸਾਬਕਾ ਮੰਤਰੀ ਭਾਰਤ ਕੁਸ਼ਨਾਸ਼ੂ ਨੂੰ ਗ੍ਰਿਫਤਾਰ ਕਰਨ ਲਈ ਮੌਕੇ ਦੇ ਪੁੱਜੀ ਤਾਂ ਮੌਜੂਦ ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਉਹ ਵਿਜੀਲੈਂਸ ਨਾਲ ਖੈਬਰ ਪਏ ਉਹਨਾਂ ਵਿਜੀਲੈਂਸ ਅਧਿਕਾਰੀਆਂ ਨੂੰ ਗ੍ਰਿਫਤਾਰੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਉਹਨਾਂ ਨੇ ਵਿਜੀਲੈਂਸ ਦਫ਼ਤਰ ਘੇਰਨ ਦੀ ਵੀ ਗੱਲ ਆਖੀ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਮਾਮਲਾ ਦੱਸਦੀ ਹੈ ਕਿ ਪਹਿਲਾਂ ਹੀ ਅੰਦਾਜ਼ਾ ਸੀ ਕਿ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਧ ਸੰਗਤ ਸਿੰਘ ਗਿਲਜੀਏ ਤੋਂ ਬਾਅਦ ਹੁਣ ਵਿਜੀਲੈਂਸ ਸਾਬਕਾ ਖਰਾਕ ਤੇ ਸਪਲਾਈ ਮੰਤਰੀ ਭਾਰਤ ਕੁਸ਼ਨਾਸ਼ੂ ਖਿਲਾਫ ਐਫਆਈਆਰ ਦਰਜ ਕਰ ਸਕਦੀ ਹੈ ਠੇਕੇਦਾਰਾਂ ਦੀ ਯੂਨੀਅਨ ਨੇ ਆਸ਼ੂ ਦੇ ਕਾਰਜਕਾਲ ਦੌਰਾਨ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਦੋਸ਼ ਵੀ ਲਗਾਇਆ ਹੈ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਅਗਲੇ ਤਾਜ਼ਾ ਬੁਲੇਟਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮਿਹਰਬਾਨੀ ਧੰਨਵਾਦ ਜੀ